ਘਰੋਂ ਬੁਲਾ ਕੇ ਇਹਨਾਂ ਨੇ ਫੋਨ ਕਰਕੇ ਬੱਤ ਨੂੰ ਬੁਲਾ ਲਿਆ। ਮੇਰੇ ਪੁੱਤ ਨੂੰ ਫੋਨ ਕਰਕੇ ਬੁਲਾ ਲਿਆ ਘਰ, ਉੱਥੇ ਟੀਕਾ ਟੂਕਾ ਲਾ ਤਾ ਮੇਰੇ ਪੁੱਤ ਤੇ। ਕੀ ਨਾਮ ਦੀ ਬੇਟਾ ਤੁਹਾਡਾ? ਸਰਜੀਤ ਸਿੰਘ। ਅੱਛਾ, ਕੀ ਕਹਿਣਾ ਚਾਹੁੰਦੇ ਹੋ? ਸਾਡੇ ਪੁੱਤ ਨੂੰ ਇਨਸਾਫ ਚਾਹੀਦਾ, ਸਾਨੂੰ ਲੋਥ ਕੱਟੇ ਲੋਥ ਚਾਹੀਦੀ ਆ। ਸਾਡੇ ਪਿੰਡ ਦੇ ਵਿੱਚ ਨਸ਼ਾ ਬੰਦ ਹੋਣਾ ਚਾਹੀਦਾ। ਅੱਜ ਇੱਕ ਮੁੰਡਾ ਗਾਲੇ, ਕੱਲ ਦੂਆ ਗਾਲੇ ਜਾਓ, ਪਰਸੋਂ ਤੀਆ ਗਾਲੇ ਜਾਓ, ਚੌਥਾ ਜਾਣ ਸਾਹਿਬ ਜੀ, ਸਾਨੂੰ ਇਨਸਾਫ ਚਾਹੀਦਾ, ਸਾਡੇ ਪੁੱਤ ਨੂੰ ਇਨਸਾਫ ਚਾਹੀਦਾ। ਜਸਵੰਤ ਸਿੰਘ। ਹਾਂ, ਕੀ ਕਹਿਣਾ ਚਾਹੁੰਦੇ? ਇਹਨਾਂ ਦਾ ਜੋ ਵੀ ਕਾਰਵਾਈ ਬਣਦੀ ਪੂਰੀ ਹੋਣੀ ਚਾਹੀਦੀ ਹੈ। ਇਹ ਗਰੀਬ ਪਰਿਵਾਰ ਦੀ ਪੂਰੀ ਗੱਲਬਾਤ ਸੁਣਨੀ ਚਾਹੀਦੀ ਸਰਕਾਰ। ਕੀ ਗੱਲ ਕੀ ਹੋਈ ਸਰ, ਦੱਸੋ। ਪਰਸੋਂ ਰਾਤ ਨੂੰ ਉਹਨਾਂ ਨੇ 7:30-8 ਵਜੇ ਫੋਨ ਕਰਕੇ ਬੱਚੇ ਨੂੰ ਬੁਲਾਇਆ ਗਿਆ, ਕਿਉਂਕਿ ਬਾਅਦ ਬਾਅਦ ਇਹਨਾਂ ਨੇ ਮਾਂ ਦੇ ਫੋਨ ਕਰਤਾ, ਜਦੋਂ ਇਹ ਗਾਇਆ ਤਾਂ ਬੰਦਾ ਮਰ ਗਿਆ ਸੀ। ਹਰਮੇਲ ਸਿੰਘ ਜੀ, ਹਰਮੇਲ ਕੀ ਗੱਲ ਹੋ ਜੀ? ਸਾਡਾ ਬੱਚਾ ਮਾਰਤਾ ਜੀ ਇਹਨਾਂ ਨੇ, ਘਰਾਂ ਬੁਲਾ ਕੇ। ਅੰਬਰਧਾਰੀ ਮੁੰਡਾ ਸੀ, ਅੰਬਰ ਛਕਿਆ ਹੋਇਆ ਸੀ, ਉਹਨਾਂ ਨੇ ਘਰ ਬੁਲਾ ਕੇ ਕੋਈ ਨਸ਼ਾ ਦੇ ਕੇ ਮਾਰ ਦਿੱਤਾ ਜੀ। ਕਿਹਨਾਂ ਨੇ? ਜੱਟਾਂ ਦਾ, ਸਾਡੇ ਪਿੰਡ ਦੇ ਮੁੰਡੇ। ਅੱਛਾ, ਕੀ ਨਾਂ ਆਪਣੇ ਮੁੰਡੇ ਦਾ? ਕੀ ਨਾਂ ਜੀ? ਮੇਰੇ ਸਾਡੇ ਮੁੰਡੇ ਦਾ ਨਾਂ ਰਾਜੂ ਕਹਿੰਦੇ ਜੀ। ਅੱਛਾ, ਮਾਰਿਆ ਕਿਹਨੇ ਆ? ਜੱਟਾਂ ਦਾ ਮੁੰਡਾ ਜੀ, ਉਹਦਾ ਨਾਂ ਕੀ ਆ? ਸ਼ਨੀ ਜੀ, ਸ਼ਨੀ ਨੇ। ਉਹਨਾਂ ਦੇ ਘਰ ਤੋਂ ਹੀ ਲਾਸ਼ ਚੱਕ ਕੇ ਲਿਆਂਦੀ ਆ ਜੀ ਪੰਜਾਬ ਪੁਲਿਸ ਨੇ ਆਪ। ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਪੰਜਾਬ ਪੁਲਿਸ ਨੇ। ਅਸੀਂ ਖਬਰ ਗਲਤ ਲਾਈ ਹੈ, ਮੁੜੇ ਪਠਾਣਾ ਮੁਰਦਾਬਾਦ ਇਹਨਾਂ ਨੇ ਖਬਰ ਗਲਤ ਲਾਈ ਹੈ ਜੀ। ਸਾਡਾ ਬੱਚਾ ਮਾਰਤਾ, ਇਹਨਾਂ ਕੇ ਇਹਨਾਂ ਦੀ ਮਿਲੀ ਭੂਤ ਹੈ। ਪੈਸੇ ਵਾਲੇ ਬੰਦੇ ਨੇ ਇਹਨਾਂ ਨੇ ਪੈਸੇ ਦੇ ਕੇ ਸਾਡਾ ਬੱਚਾ ਮਰਵਾਇਆ। ਪੰਜਾਬ ਪੁਲਿਸ ਨਾਲ ਆ ਇਹਨਾਂ ਦੇ, ਇਹਨਾਂ ਨੇ ਖੁਦ ਮਰਵਾਇਆ। ਔਰ ਸਾਡੇ ਪਿੰਡ ਦੇ ਵਿੱਚ ਕੋਈ ਵੀ ਭੁੱਕੀ ਨਸ਼ਾ ਕਿਸੇ ਤਰੀਕੇ ਦਾ ਵੀ, ਦੋ ਨੰਬਰ ਦੀ ਦਾਰੂ ਵੀ ਕੋਈ ਜੇ ਉੱਥੇ ਵੇਚਦਾ ਆ, ਉਸੇ ਟਾਈਮ ਇਤਲਾਹ ਕਰੋ। ਜੇ ਨਹੀਂ ਫੜਿਆ ਜਾਊਗਾ ਫਿਰ ਕਿਉਂ ਤੁਸੀਂ? ਪਰ ਇਹ ਆ ਵੀ ਪਬਲਿਕ ਨੂੰ, ਹਮੇਸ਼ਾ ਵਾਸਤੇ ਜੀ, ਗਾਹਾਂ ਵਾਸਤੇ ਕਿ ਹਮੇਸ਼ਾ ਵਾਸਤੇ ਹੀ ਜੀ, ਇਸੇ ਕਰਕੇ ਜਿਹੜਾ ਆ ਐਸ ਐਚ ਓ ਕੱਲ ਮੈਡਮ ਬਦਲਦਾ। ਕੱਲ ਮੂਲੇਪੁਰ ਥਾਣੇ ਦੇ ਵਿੱਚ ਜਿਹੜਾ ਇੰਸੀਡੈਂਟ ਵਾਪਰਿਆ ਸੀਗਾ, ਇੱਕ ਬੰਦੇ ਦੀ ਡੈਥ ਹੋਈ ਹੈ, ਉਹਦਾ ਪਰਚਾ ਅਸੀਂ ਆਲਰੇਡੀ ਦਰਜ ਕਰ ਚੁੱਕੇ ਹਾਂ। ਅਤੇ ਜਿਹੜੇ ਪਰਚੇ ਦੇ ਮਦਈ ਆ, ਉਹਨਾਂ ਨੂੰ ਪਰਚੇ ਦੀਆਂ ਧਾਰਾਵਾਂ ਦੇ ਨਾਲ ਸੰਬੰਧਿਤ ਕੁਛ ਇਤਰਾਜ਼ ਸੀਗੇ, ਜੋ ਅਸੀਂ ਉਹਨਾਂ ਤੋਂ ਦਰਖਾਸਤ ਲੈ ਲਈ ਹੈ। ਦਰਖਾਸਤ ਲੈਣ ਤੋਂ ਬਾਅਦ ਜਿਹੜੀ ਵੀ ਬਣਦੀ ਕਾਰਵਾਈ ਅੱਗੇ ਜੋ ਸਾਨੂੰ ਲੱਗੂਗਾ, ਅਤੇ ਪੋਸਟਮਾਰਟਮ ਰਿਪੋਰਟ ਦੇ ਥਰੂ ਜੋ ਸਾਨੂੰ ਅੱਗੇ ਰਿਜ਼ਲਟਸ ਆਉਣਗੇ ਉਹਦੇ ਅਕੋਰਡਿੰਗ। ਇਸ ਨਸ਼ੇ ਦੀ ਗੱਲ ਕੀਤੀ ਜਾ ਰਹੀ ਹੈ ਉੱਥੇ, ਮਤਲਬ ਆਲੂਗਾ ਪਿੰਡ ਦੇ ਨਸ਼ੇ ਵਾਲਾ, ਤਾਂ ਦੇਖੋ ਹੁਣ ਪੋਸਟਮਾਰਟਮ ਰਿਪੋਰਟ ਦੇ ਵਿੱਚ ਆਊਗਾ ਕਿ ਉਹ ਬੰਦੇ ਨੇ ਕੀ ਕੰਜ਼ਿਊਮ ਕੀਤਾ, ਐਕਚੁਅਲ 'ਚ ਉਹਦੀ ਮਤਲਬ ਕੌਜ਼ ਆਫ ਡੈਥ ਕੀ ਹੈ, ਉਹ ਤੋਂ ਬਾਅਦ ਹੀ ਅਸੀਂ ਕਮੈਂਟ ਕਰ ਸਕਦੇ ਹਾਂ। ਬਾਕੀ ਜਿਹੜੀ ਨਸ਼ੇ ਵਾਲੀ ਉਹ ਤੁਹਾਡੇ ਮੀਡੀਆ ਦੇ ਸਾਹਮਣੇ ਵੀ ਸਾਰੀ ਹੈ, ਤਾਂ ਕਾਫੀ ਹੱਦ ਤੱਕ ਅਸੀਂ ਇਸ ਨੂੰ ਠੱਲ ਪਾ ਚੁੱਕੇ।